गुड इवनिंग सारिआं नूं, सति श्री अकाल साडे वल्लों। होर की हाल ने सब दे? ते मैं संदीप वाली ही, अज सवेर दी फिर धुप चढ़ी ही ते धुप दा पसेकी। व्लॉग मैं बनाया नहीं ही, स्टार्ट नहीं कीता, करना भी की। ते ये पैसे लभण डी आ, व्लॉग सी स्टार्ट नहीं कीता क्योंकि इदां ही कोठे ते बैठियां हाँ ते धुप सेकण डीआं हाँ, ते गल्लां बातां करदिआं सारा दिन लंघ गया। ते हुण सब्जी बनाउणी चेता आया कि अदरक हैनी आ, ते हुण लैण चलीआं असीं आप ही। मैं चल तुरियां तुरियां जांदियां लै आउने, नाले सैर कर आउने आ। होया वल्ला सब्जी भी लै ली, चल लै। ओ आप डरन डिया वा, नेरा हो गया। दिखण कुछ नहीं रहा, दसना की है। कुत्ते तो डर दिया, पा गली च आ गया ते अगे फिर कुत्ता है। कल गजरेला बनाना ही, दस दी इन्हें कल गजरेला बनाना ही, तो ओदे लिए खोया लेके आई नाल अदरक और गाजरा। धनिया नहीं पाउंदे हुण, पता की कहिंदे आ जिहड़ा धनिया नाल पाउणा ओदे लिए एक्स्ट्रा दो पैसे। अच्छा, फिर इन्ना के दिता ही ओदन उन्होंने। सब्जियां महंगीआं होईआं वा तां करके मैं कदे लैड ही नहीं गई, इही लेके आउंदे। मैं चल अच लै आउंदी। चल इन्हें कल गजरेला बनाउणा ही, खोए वाला दस दिनी ना पहला ही। हुण मैं भी घर चला, 6 बज गए आ, ते मैं भी जाके सब्जी सुब्जी बनाउणी आ, ते जान नहीं देन दी फिर मैनू लै आई। फिर मैनू पौड़ियाँ उतर के फिर उधर जाना पैना, ते उदा कहिंदी पौड़ियाँ चढ़ जाएंगी ते पतली हो जाएंगी। फिर मैं चल फिर तो मैं चढ़ ही सकती पौड़ियाँ पतली होने ली। आ गई हाँ, तो हुण मैं बनाने लगी सब्जी, ते व्लॉग वेखो मैं कल कंटिन्यू करांगी। ला ले आ मिली, ये किदां दे आ क्रीम रोल? ये किदां दे क्रीम रोल आ? पैकिंग हो गया उंडा पे आ, शायद ये एक्सपायरी डेट लिखी होगी। वो एक दो दिन लिए हुंदे आ, ये बेकरी ए फ्रेश हुंदे आ। अच्छा। मॉर्निंग सारे नूं सति श्री अकाल। ते मेरे को ना घ्यो पिया ही थोड़ा जिहा, ते मैं गर्म कर लैनी क्योंकि जिहड़ी थोड़ी जिही पंजीरी दे विच पई आ उदन दी, ते उहदा वी पिन्नियां बना के रख दां। इहदे विच बेसन थोड़ा जिहा मिक्स करके पा दिंदी हाँ ना, ते इह वी पिन्नियां बन जाणगीआं। पर संदीप के घर भी जाणा वा, उहने शायद गजरेला बनाउणा वा, ते जाने बाद पिन्नियां बना ला ਤਾਂ ਗਰਮ ਕਰਨ ਦੀ ਹੈ ਕਿ ਮੈਨੂੰ ਅਲੱਗ ਨਾ ਗਰਮ ਨਾ ਕਰਨਾ ਪਏਗਾ, ਅਤੇ ਇਹੀ ਗਰਮ ਭੁੰਨਣਾ। ਬੇਸਨ ਜਦੋਂ ਬੇਸਨ ਤਿਆਰ ਭੁੰਨਾਂਗੀ ਅਤੇ ਇਹਦੇ ਵਿੱਚ ਪਾ ਦਾਂਗੀ। ਵਧੀਆ ਗਰਮ ਆ ਗਿਆ ਅਤੇ ਬੇਸਨ ਭੁੰਨਣ ਲੱਗੀ ਹੈ, ਥੋੜ੍ਹਾ ਜਿਹਾ ਭੁੰਨਣਾ। ਹੁਣ ਮੈਂ ਇਹਦੇ ਵਿੱਚ ਅਜਵਾਇਨ ਸੁੰਡ ਅਤੇ ਨਾਲ ਹੀ ਮੂੰਗੀ ਅਤੇ ਬੇਸਣ ਭੁੱਜਿਆ ਸੀ ਜਿਹੜਾ, ਨਾਲ ਹੀ ਖੰਡ ਵੀ ਪਾਤੀ ਆ, ਅਤੇ ਸਾਰਾ ਕੁਝ ਮਿਕਸ ਗਰਮ ਕਰ ਲਿਆ। ਘਿਓ ਪਾ ਕੇ ਇੱਦਾਂ ਦਾ ਕੁਛ ਬਣ ਗਿਆ। ਹੁਣ ਮੈਂ ਇਹਦੀਆਂ ਪਿੰਨੀਆਂ ਬਣਾਉਣ ਦੀਆਂ, ਅਤੇ ਪਿੰਨੀਆਂ ਮੈਂ ਇੱਦਾਂ ਡੱਬੇ 'ਚ ਪਾ ਕੇ ਰੱਖ ਲਈਆਂ, ਇੱਦੀਆਂ ਸੰਦੀਪ ਲਈ ਕੱਢ ਕੇ ਰੱਖ ਲਈਆਂ ਨੇ। ਚਾਰ ਆਏ ਸੀ ਅਤੇ ਹੁਣ ਦੁਕਾਨ ਲੱਭਣ ਡੇ ਆ ਸੂਟ ਵਾਸਤੇ, ਕਿੱਥੋਂ ਲੈਂਦੇ ਹਾਂ? ਸਾਨੂੰ ਨਾ ਅਚਾਨਕ ਬਾਜ਼ਾਰ ਜਾਣਾ ਪਿਆ, ਆਂਟੀ ਆ ਗਈ, ਅਤੇ ਅਸੀਂ ਆਖਿਆ ਚੱਲ ਅਸੀਂ ਵੀ ਸੂਟ ਦੇਖ ਲੈਂਦੇ ਹਾਂ। ਬਾਜ਼ਾਰ ਗਈਆਂ ਸੀ ਪਰ ਇੱਕ ਸੂਟ ਹੀ ਲੈ ਕੇ ਆਈਆਂ ਅੱਜ, ਅਤੇ ਇੱਕ ਅਜੇ ਹੋਰ ਲਿਆਉਣਾ ਵਾ, ਅਤੇ ਵਲੌਗ ਬਣਾਇਆ ਨਹੀਂ ਕਿਉਂਕਿ ਅਸੀਂ ਖੁਦ ਹੀ ਕਨਫਿਊਜ਼ ਸੀ ਸੂਟ ਲੈਣ 'ਚ, ਕਿੱਦਾਂ ਦਾ ਲਈਏ ਕਿੱਦਾਂ ਦਾ ਨਹੀਂ। ਇਸ ਕਰਕੇ ਇਹ ਕਿਤੇ ਫੋਨ ਕਰੀ ਜਾਂਦੀ ਸੀ ਮੇਰਾ, ਇੰਨੀ ਵਾਰੀ ਫੋਨ ਕੀਤਾ ਇਹਨੂੰ, ਫੋਨ ਹੀ ਨਾ ਚੁੱਕੇ, ਫੋਨ ਚੁੱਕੇ ਨਹੀਂ ਲੱਗਦਾ ਹੀ ਨਹੀਂ ਸੀ, ਫੋਨ ਬੰਦ ਸੀ ਮੇਰਾ, ਸਾਡੀ ਲਾਈਟ ਗਈ। ਮੈਂ ਫੋਨ ਆਹੋ ਸਵੇਰੇ ਸਵੇਰੇ ਹੀ ਉਹਦੇ ਮਾੜੀ ਜੀ ਆਈ, ਫਿਰ ਮੋਟਰ ਚਲਾਈ, ਕੱਪੜੇ ਕੁੱਪੜੇ ਧੋਤੇ। ਕੀ ਕਰਨ ਵਾਲਾ ਗ੍ਰੈਂਡ ਕਰਨ ਵਾਲਾ, ਕਿਉਂਕਿ ਸਾਡਾ ਜਾਂ ਬਹੁਤਾ ਬਰੀਕ ਤੇ ਜਾਂ ਬਹੁਤਾ ਹੀ ਮੋਟਾ। ਅੱਛਾ ਆ ਵਾਲਾ ਨਹੀਂ, ਉਹਦਾ ਨਹੀਂ ਹੁੰਦਾ, ਉਹ ਆਪਣੇ ਹੁੰਦੀ ਹੈ। ਥੋੜਾ ਜਿਹਾ ਘਿਓ ਪਾ ਕੇ ਤੇ ਵਿੱਚ ਮੈਨੂੰ ਡੀਕਦੀ ਡੀਕਦੀ ਆਪ ਹੀ ਬਣਾਉਣ ਦਾ ਵੀ। ਕੁੜੀਆਂ ਨੇ ਰਿੰਕੀ ਨੇ ਬਣਾਇਆ, ਹੁਣ ਮੈਂ ਕਿਹੜਾ ਮੈਂ ਬਣਾਇਆ। ਆਹੋ ਤੇ ਤੂੰ ਜਾਚੀ ਆ, ਤੂੰ ਜਾਣ ਕੇ ਮੇਰੇ ਤੇ ਡਿਪੈਂਡ ਰਹਿਨੀ। ਹਾਂ ਆਪੇ ਵੇ ਸਗੋ ਜਾ ਸਿੱਖ, ਵੱਡੀ ਭੈਣ ਕੀ ਪਤਾ ਕਿੰਨਾ ਕੁ ਚਿਰ ਆ। ਬੀਤੀ ਬਾਅਦ ਉਹੀ ਸਾਨੂੰ ਜ਼ਿਆਦਾ ਸੂਟ ਵੇਖ ਕੇ ਸਮਝ ਨਹੀਂ ਆਉਂਦੀ, ਪਰ ਸੂਟ ਨਹੀਂ ਦਿਖਾਉਣਾ ਪਤਾ ਕਿਉਂ, ਫਿਰ ਅਸੀਂ ਪਾਉਣਾ ਵਾ ਤੇ ਫਿਰ ਉਹਦੇ ਵੇਖਿਓ ਸਰਪ੍ਰਾਈਜ਼ ਹੀ ਆ।
ਕਿੱਦਾਂ ਦੇ ਪਾਉਣੇ ਆ ਤੇਰਾ ਪਹਿਲਾਂ ਘਿਓ ਜੇ ਭੁੰਨਿਆ ਸੀ ਫਿਰ ਹੁਣ ਦੁੱਧ ਪਾ ਲਿਆ ਵਾ ਖੰਡ ਪਾ ਲਈ ਨਾਲ ਹੀ ਆਹੋ ਚੱਲ ਜਲਦੀ ਸੁੱਕ ਜਾਏਗਾ ਨਾ ਦੁੱਧ ਖੰਡ ਪਾਇਆ ਏਦਾਂ ਹੁੰਦਾ ਹੈ ਤੇ ਆਹ ਦੀਵਾਰ ਥੋੜ੍ਹੀ ਅਵੋਇਡ ਕਰਿਓ ਕਲਰ ਨਹੀਂ ਕਰ ਸਕਦੇ ਆਪ ਕੱਲ੍ਹ ਅਸੀਂ ਨਾ ਸੂਟ ਖਰੀਦਣ ਗਈਆਂ ਪਰ ਅਸੀਂ ਵਲੋਗ ਨਹੀਂ ਬਣਾਇਆ ਕਿਉਂਕਿ ਐਤਵਾਰ ਹੀ ਹੈ ਨਾ ਐਤਵਾਰ ਭੀੜ ਵੀ ਬੜੀ ਸੀ ਅਤੇ ਨਾਲੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਖੁਦ ਸੂਟ ਖਰੀਦਣ ਦੀ ਗੱਲ ਕਰਦੇ ਫਿਰ ਅਸੀਂ ਕਨਫਿਊਜ਼ ਹੋ ਜਾਂਦੀ ਕਿਹੜਾ ਆਹ ਲਈਏ ਕਿੱਦਾਂ ਦਾ ਲਈਏ ਤਾਂ ਕਰਕੇ ਫਿਰ ਬਣਾਇਆ ਜਦੋਂ ਅਸੀਂ ਜਵੈਲਰੀ ਦੀ ਸ਼ੋਪਿੰਗ ਕਰਾਂਗੇ ਨਾ ਉਦੋਂ ਜ਼ਰੂਰ ਮੈਂ ਵਲੋਗ ਬਣਾਉਂਗੀ ਉਹਦੇ ਜਿਮ ਦੀ ਜਿਹੜੀ ਡਾਇਟ ਚੋਂ ਕੱਢ ਲਈਏ ਬਦਾਮ ਥੋੜੇ ਜਿਹੇ ਤੇ ਗਜਰੇਲੇ ਚ ਪਾ ਲਈਏ ਮੇਰੀ ਤੇ ਡਾਇਟ ਏਦਾਂ ਹੀ ਚੱਲਣਗੀ ਬੜੇ ਠੀਕ ਆ ਵੱਡੇ ਵੱਡੇ ਕੱਟਾ ਲੰਬੇ ਲੰਬੇ ਏਦਾਂ ਅੱਗੇ ਵੀ ਸੇਮ ਹੀ ਪਾਏ ਸੀ ਜੋ ਬੰਦੇ ਵਿਆਹ ਤੇ ਵੀ ਤੇ ਜੇ ਹੁਣ ਪਾ ਲੈਂਦੇ ਤੇ ਫਿਰ ਕੀ ਸੀ ਮੰਮੀ ਨੇ ਨਾ ਇੱਕ ਲਿਆਉਣਾ ਤੇ ਹਨਾ ਇੱਕ ਕਮੀਜ਼ ਦਾ ਲਿਆਉਣਾ ਇੱਕ ਸਲਵਾਰ ਦਾ ਤੇ ਮਿਕਸ ਕਰਕੇ ਸੂਟ ਬਣਾ ਦੇਣੇ ਸਾਨੂੰ ਸੇਮ ਆ ਪਾਈਆ ਲਿਆਂਦਾ ਅਸੀਂ ਖੋਇਆ ਇਹਦੇ ਵਿੱਚ ਪਾਉਣ ਲਈ ਪਾ ਲਾ ਹੁਣ ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਘਿਓ ਅਤੇ ਉਹਦੇ ਵਿੱਚ ਗਾਜਰਾਂ ਭੁੰਨ ਕੇ ਫਿਰ ਅਸੀਂ ਦੁੱਧ ਪਾਇਆ ਸੀ ਨਾਲ ਹੀ ਖੰਡ ਪਾ ਤੀ ਦੁੱਧ ਜਦੋਂ ਚੰਗੀ ਤਰ੍ਹਾਂ ਸੁੱਕ ਜੇ ਨਾ ਫਿਰ ਅਸੀਂ ਇਹਦੇ ਵਿੱਚ ਮਾਵਾ ਮਿਕਸ ਕਰਨਾ ਅਤੇ ਗਜਰੇਲਾ ਬਹੁਤ ਹੀ ਵਧੀਆ ਬਣ ਕੇ ਰਹਿ ਗਿਆ ਰੱਖਣ ਲੱਗੇ ਵੇਖੋ ਪੀਸ ਬਣਦੇ ਆ ਕਿ ਨਹੀਂ ਇੰਨਾ ਕੀ ਖਿਲਾਰਦੀ ਹੈ ਨਾ ਬਣ ਗਿਆ ਉਦਾਂ ਬਹੁਤ ਸਵਾਦ ਆ ਟੇਸਟ ਕਰਕੇ ਵੇਖਿਆ ਮੈਂ ਅੱਜ ਸੰਦੀਪੀ ਨੇ ਬਣਾਇਆ ਸੀ ਅੱਜ ਕਿਵੇਂ ਦਾ ਬਣਿਆ ਮੈਂ ਦੱਸਦੀ ਹਾਂ ਬਹੁਤ ਵਧੀਆ ਸਵਾਦ ਬਣਿਆ ਨਾ ਪਰ ਇਹਨਾਂ ਖਾਧਾ ਨਹੀਂ ਜਾਣਾ ਹੈਵੀ ਹੋ ਜਾਂਦਾ ਨਾ ਖੋਇਆ ਪਾਗ ਵਿੱਚ ਪਾਇਆ ਕੀ ਤੂੰ ਡਰੈਸ ਕੋਡ ਬੜਾ ਮੈਚ ਕਰਦੀ ਹੈ